हालेलुया। सो सब तो पहला आप सब तो पहला पहला बच्चे भी सुन रोजमान आंगा और खुदा दी खाद मांगा। मैं इतने उनके सब तो स्वागत करता हूँ और जब आने वाले प्रभु यीशु मसीह के प्रभु नाम के बीच आप सब में जान सीधी कहता हालेलुया हालेलुया। ਤੁਸੀਂ ਹਾਲੇ ਲਈ ਆਉਣਗੇ ਤਾਂ ਮੈਨੂੰ ਪਤਾ ਲੱਗੇਗਾ ਤੁਸੀਂ ਜਾਗਦੇ ਆ। ਹਾਲੇ ਲਈ ਜੇ ਤੁਸੀਂ ਬੋਲਦੇ ਜੀ ਤਾਂ ਮਤਲਬ ਤੁਸੀਂ ਸੌਂ ਗਏ ਹੋ। ਸਾਡੇ ਪੰਜਾਬ ਚ ਇਸ ਤਰ੍ਹਾਂ ਕਹਿੰਦੇ ਨੇ ਕਿ ਸੁੱਤਾ ਪਿਆ ਬੰਦਾ ਬੋਲੋ ਜਿਹਨਾਂ ਨੂੰ ਪਤਾ ਕਿਹਦੇ ਬਰਾਬਰ ਹੋ ਜਾਂਦਾ ਹੈ प्रभु का फजल है एक प्रभु की कृपा है जिसने सानू पिछले समय पिछले दिनों संभालिया। इन्ने लोग इस दुनिया तो चले गए संसार तो कूच कर गए किन्ने लोग आज भी बीमार में बिस्तरे दे उठे ने चल फिर नहीं सकते लेकिन प्रभु जी अपार कृपा है खुदा का फजल है उन्हें सब सलामत और जीते और अपनी हजूरी के बीच बिठाया हुआ है। हालेलुया हालेलुया। मेरे तो परमेश्वर जो सानू चलाउंदा है जो सानू संभालदा है जिहदे हाथ दे विच साडी जिंदगी है खुदा तो बगैर असी कुछ भी कर नहीं सकते। हर एक जीव नू हर एक जन नू उस परमेश्वर की जरूरत है। हालेलुया हालेलुया। जिन लोग समझते हैं कि मैनू खुदा की लोड़ है हाथ उठा के बोला के हालेलुया हालेलुया। मैनू जीवन का लाभ मिल गया। मैं तो पाप दे विच फस गया मैं तो गुनाहां दे विच चलिया गया सी। सब ध्यान नाल सुणा कि मैं ज्यादा समा नहीं लवांगा मैं थोड़ा समा बचन दे विच बोलांगा। उस तों बाद साडे विच ਬੜੀ ਆਦਤ ਦੇ ਸੋਗ ਸਾਡੇ ਸੀਨੀਅਰ ਬਜ਼ੁਰਗ ਪਾਸਟਰ ਜਗੀਰ ਮਸੀਹ ਜੀ ਨੇ ਮੈਂ ਚਾਹਾਂਗਾ ਕਿ ਖੁਦਾ ਦੇ ਦਾਸ ਜੀ ਸਾਡੇ ਕੋਲ ਆਏ ਨੇ ਕਿ ਅਸੀਂ ਕੁਛ ਕਦਾ ਬਚਨ ਦੀ ਆਮਦ ਦੇ ਕੋਲੋਂ ਵੀ ਜੂਰ ਸਕੀਏ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਜਦੋਂ ਵੀ ਕੋਈ ਖੁਦਾ ਦਾ ਖਾਦ ਬੰਦਾ ਹੈ ਖੁਦਾ ਦਾ ਦਾਸ ਹੁੰਦਾ ਹੈ ਤਾਂ ਆਪਣੇ ਨਾਲ ਪਰਮੇਸ਼ਰ ਦੇ ਕਲਾਮ ਨੂੰ ਲਿਆਉਂਦਾ ਹੈ ਤੇ ਕਲਾਮ ਦੇ ਦੁਆਰਾ ਖੁਦਾ ਦੀ ਬਰਕਤ ਨੂੰ ਲਿਆਉਂਦਾ ਹੈ। ਹਾਲੇਲੂਇਆ ਹਾਲੇਲੂਇਆ। ਅਸੀਂ ਜਲਦੀ ਨਾਲ ਬਾਈਬਲ ਵਿੱਚ ਦੇਖਾਂਗੇ ਆ ਜ਼ਬੂਰ 42 ਉਹਦਾ ਇੱਕ ਅਧਿਆਇ 141 ਹੈ 47 ਜ਼ਬੂਰ ਉਹਦੀ ਇੱਕ ਅਧਿਆਇ ਜੋ ਇਹਨਾਂ ਨੂੰ ਲਗਾ ਪੜਦੇ ਜੇ ਸਮਾਂ ਬਹੁਤ ਘੱਟ ਹੈ ਜਲਦੀ ਨਾਲ 42 ਜ਼ਬੂਰ ਉਹਦੀ ਇੱਕ ਅਧਿਆਇ ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ ਤਿਵੇਂ ਹੀ ਮੇਰਾ ਜੀ ਹੇ ਪਰਮੇਸ਼ਵਰ ਤੇਰੇ ਲਈ ਤਰਸਦਾ ਹੈ। ਬਸ ਹਾਲੇਲੂਇਆ ਹਾਲੇਲੂਇਆ। ਜਿਵੇਂ ਪਹਿਲੇ ਕਿਹਾ ਹਰ ਜਨ ਨੂੰ ਹਰ ਸੱਚ ਨੂੰ ਹਰ ਜੀਵ ਨੂੰ ਜੋ ਸਾਹ ਲੈਂਦਾ ਹੈ ਜੋ ਸੰਸਾਰ ਦੇ ਵਿੱਚ ਹੈ ਉਹਨੂੰ ਖੁਦਾ ਦੀ ਲੋੜ ਹੈ। ਹਾਲੇਲੂਇਆ। ਉਹਨੂੰ ਪਰਮੇਸ਼ਵਰ ਦੀ ਜ਼ਰੂਰਤ ਹੈ। ਚਾਹੇ ਉਹ ਕਹੇ ਮੈਂ ਬਹੁਤ ਬੁੱਧਵਾਨ ਹਾਂ ਮੈਂ ਪੈਸੇ ਵਾਲਾ ਹਾਂ ਮੈਂ ਬਹੁਤ ਤਕੜ ਵਾਲਾ ਹਾਂ ਮੈਂ ਐਜੂਕੇਟਡ ਹਾਂ ਲੇਕਿਨ ਕਿਹਾ ਹਰ ਇਨਸਾਨ ਨੂੰ ਖੁਦਾ ਦੀ ਲੋੜ ਆ। ਹਾਲੇਲੂਇਆ। ਹਰ ਸ਼ਖਸ ਨੂੰ ਖੁਦਾ ਦੀ ਲੋੜ ਹੈ ਕਿਉਂਕਿ ਉਹੀ ਪਰਮੇਸ਼ਵਰ ਹੈ ਜਿਹਦੇ ਹੱਥ ਦੇ ਵਿੱਚ ਸਾਡੀ ਜ਼ਿੰਦਗੀ ਹੈ। ਜੋ ਖੁਦਾ ਚਾਹੇ ਇਹਨਾਂ ਅਗਲਾ ਨੂੰ ਫੇਲ ਕਰ ਸਕਦਾ ਹੈ ਖੁਦਾ ਚਾਹੇ ਸਾਡੀ ਐਜੂਕੇਸ਼ਨ ਨੂੰ ਬੇਕਾਰ ਕਰ ਸਕਦਾ ਹੈ ਖੁਦਾ ਚਾਹੇ ਸਾਡੀ ਤਾਕਤ ਨੂੰ ਫੇਲ ਕਰ ਸਕਦਾ ਹੈ ਕਿਉਂਕਿ ਇਨਸਾਨ ਦਾ ਜ਼ੋਰ ਇਨਸਾਨ ਦੀ ਤਾਕਤ ਇਨਸਾਨ ਦਾ ਪੈਸਾ ਇਨਸਾਨ ਦੀ ਸਮਝ ਖੁਦਾ ਦੇ ਅੱਗੇ
ਨਹੀਂ ਚੱਲ ਸਕਦੀ। ਹਾਲੇਲੂਯਾ ਹਾਲੇਲੂਯਾ। ਪਾਣੀ ਵਿੱਚ ਲਿਖਿਆ ਖੁਦਾ ਦਾ ਖਾਤਮੇ ਫਰਮਾਉਂਦਾ ਹੈ ਜਿਵੇਂ ਹਰਣੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਮੇਰਾ ਮਨ ਪਰਮੇਸ਼ਰ ਤੇਰੇ ਲਈ ਤਰਸਦਾ ਹੈ। ਹਾਲੇਲੂਯਾ। ਕਿੰਨੇ ਲੋਕਾਂ ਦਾ ਮਨ ਖੁਦਾ ਲਈ ਤਰਸਦਾ ਹੈ ਦੱਸ ਸਕਦੇ ਆ? ਕਿੰਨੇ ਲੋਕਾਂ ਦਾ ਮਨ ਖੁਦਾ ਲਈ ਤਰਸਦਾ ਹੈ ਜਿਵੇਂ ਹਰਣੀ ਪਾਣੀ ਦੇ ਲਈ ਤਰਸਦੀ ਹੈ? ਹਾਲੇਲੂਯਾ ਹਾਲੇਲੂਯਾ। ਹਰਣੀ ਪਾਣੀ ਨੂੰ ਲੱਭਣ ਦੇ ਲਈ, ਪਾਣੀ ਨੂੰ ਪੀਣ ਦੇ ਲਈ ਜੰਗਲ ਦੇ ਵਿੱਚ ਭਟਕਦੀ ਫਿਰਦੀ ਹੈ। ਉਹ ਧੁੱਪ ਨੂੰ ਨਹੀਂ ਵੇਖਦੀ, ਉਹ ਮਿੱਟੀ ਕੱਟੇ ਨੂੰ ਨਹੀਂ ਵੇਖਦੀ, ਉਹ ਸ਼ਿਕਾਰੀਆਂ ਦੀ ਪਰਵਾਹ ਨਹੀਂ ਕਰਦੀ। ਲੇਕਿਨ ਉਹਨੂੰ ਕੀ ਚਾਹੀਦਾ ਹੈ? ਪਾਣੀ ਚਾਹੀਦਾ ਹੈ। ਜੇ ਪਾਣੀ ਸਰੀਰ ਵਿੱਚ ਜਾਏਗਾ ਤਾਂ ਜਾਨ ਆਏਗੀ, ਤਾਕਤ ਆਏਗੀ। ਹਾਲੇਲੂਯਾ। ਕਈ ਵਾਰ ਉਹ ਪਾਣੀ ਪੀਂਦੀ ਪੀਂਦੀ ਸ਼ਿਕਾਰ ਹੋ ਜਾਂਦੀ ਹੈ, ਪਾਣੀ ਪੀਂਦੀ ਪੀਂਦੀ ਫੜੀ ਜਾਂਦੀ ਹੈ, ਲੇਕਿਨ ਫਿਰ ਵੀ ਕੀ ਕਰਦੀ ਹੈ? ਇਹਨਾਂ ਚੀਜ਼ਾਂ ਦੀ ਪਰਵਾਹ ਨਾ ਕਰਦੇ ਹੋਏ ਉਹ ਪਾਣੀ ਦੀ ਤਲਾਸ਼ ਦੇ ਵਿੱਚ ਲੱਗੀ ਰਹਿੰਦੀ ਹੈ। ਹਾਲੇਲੂਯਾ ਹਾਲੇਲੂਯਾ। ਇਹਦਾ ਮਤਲਬ ਜੇ ਸਰੀਰ ਨੂੰ ਪਿਆਸ ਲੱਗੀ ਹੈ, ਸਰੀਰ ਪਿਆਸਾ ਹੈ, ਤਾਂ ਬਹੁਤ ਕੋਈ ਚੀਜ਼ ਹੈ, ਕੋਈ ਵਸਤ ਹੈ ਜੋ ਇਸ ਪਿਆਸ ਨੂੰ ਬੁਝਾ ਸਕਦੀ ਹੈ। ਹਾਲੇਲੂਯਾ। ਔਰ ਉਹ ਕੀ ਹੈ? ਬੋਲੀਏ, ਪਾਣੀ ਹੈ। ਹਾਲੇਲੂਯਾ। ਇੱਕ ਚੀਜ਼ ਹੈ ਜਿਸ ਨੂੰ ਬੁਝਾ ਸਕਦੀ ਹੈ, ਪਿਆਸ ਨੂੰ ਖਤਮ ਕਰ ਸਕਦੀ ਹੈ, ਉਹ ਕੀ ਹੈ ਭਾਈ? ਪਾਣੀ ਹੈ। ਜੇ ਸਰੀਰ ਨੂੰ ਭੁੱਖ ਲੱਗਦੀ ਹੈ, ਜੇ ਅਸੀਂ ਭੁੱਖੇ ਹੁੰਦੇ ਹਾਂ, ਤਾਂ ਬਾਹਰ ਕੋਈ ਚੀਜ਼ ਹੈ ਜੋ ਇਸ ਨੂੰ ਤ੍ਰਿਪਤ ਕਰ ਸਕਦੀ ਹੈ, ਇਸ ਸਰੀਰ ਨੂੰ ਰਜਾ ਸਕਦੀ ਹੈ, ਉਹ ਕੀ ਹੈ ਬਈ? ਭੋਜਨ ਹੈ। ਹਾਲੇਲੂਯਾ। ਉਹ ਭੋਜਨ ਹੈ। ਇਸੇ ਤਰ੍ਹਾਂ ਜੇ ਆਤਮਾ ਪਿਆਸਾ ਹੈ, ਆਤਮਾ ਭੁੱਖਾ ਹੈ, ਆਤਮਾ ਲਾਚਾਰ ਹੈ, ਆਤਮਾ ਕਮਜ਼ੋਰ ਹੈ, ਆਤਮਾ ਬਲਹੀਣ ਹੈ, ਤਾਂ ਬਾਹਰ ਕੋਈ ਹੈ, ਕੋਈ ਦਿਵਯ ਸ਼ਕਤੀ ਹੈ, ਕੋਈ ਖੁਦਾ ਹੈ, ਕੋਈ ਪਰਮੇਸ਼ਵਰ ਹੈ ਜੋ ਇਸ ਨੂੰ ਤ੍ਰਿਪਤ ਕਰ ਸਕਦਾ ਹੈ, ਜੋ ਇਸ ਨੂੰ ਤਾਕਤਵਰ ਕਰ ਸਕਦਾ ਹੈ, ਜੋ ਇਸ ਨੂੰ ਬਲ ਦੇ ਸਕਦਾ, ਉਹਦਾ ਨਾਮ ਯਹੋਵਾ ਪਰਮੇਸ਼ਵਰ ਹੈ। ਹਾਲੇਲੂਯਾ ਹਾਲੇਲੂਯਾ। ਇਸੇ ਲਈ ਖੁਦਾ ਦਾ ਖਾਤਮ ਲਿਖਦਾ ਹੈ ਜਿਵੇਂ ਹਰਣੀ ਪਾਣੀ ਦੇ ਲਈ ਤਰਸਦੀ ਹੈ, ਮੇਰਾ ਮਨ ਮੇਰੇ ਪਰਮੇਸ਼ਵਰ ਦੇ ਲਈ ਤਰਸਦਾ ਹੈ। ਹਾਲੇਲੂਯਾ ਹਾਲੇਲੂਯਾ। ਜਦੋਂ ਆਪਾਂ ਅਗੇ ਇਬਰਾਨੀਆਂ ਦੀ ਕਿਤਾਬ ਦਾ 11 ਅਧਿਆਇ ਦੀ 6 ਆਇਤ ਤੋਂ ਖੁਦਾ ਦੇ ਲਈ ਮਨ ਤਰਸਦਾ ਹੈ, ਲੇਕਿਨ ਉਹ ਖੁਦਾ ਤੁਹਾਨੂੰ ਮਿਲੇਗਾ ਕਿਵੇਂ? ਹਰਨੀ ਪਾਣੀ ਲੱਭਦੀ ਹੈ, ਇਹ ਮਨ ਖੁਦਾ ਨੂੰ ਲੱਭਦਾ ਹੈ, ਪਰ ਖੁਦਾ ਮਿਲੇਗਾ ਕਿੱਦਾਂ? ਪਰਮੇਸ਼ਵਰ ਤੁਹਾਡੇ ਕੋਲ ਆਏਗਾ ਕਿੱਦਾਂ? ਪਰਮੇਸ਼ਵਰ ਤੁਹਾਡੀ ਸੁਣੇਗਾ ਕਿੱਦਾਂ? ਤੁਹਾਨੂੰ ਅਪਣਾਏਗਾ ਕਿੱਦਾਂ? ਅਸੀਂ ਬਸ ਦੇ ਵਿੱਚੋਂ ਪੜ੍ਹਦੇ ਹਾਂ 11 ਅਧਿਆਇ ਦੀ 6 ਆਇਤ ਤੋਂ, ਇਬਰਾਨੀਆਂ 11 ਔਰ ਵਿਸ਼ਵਾਸ ਤੋਂ ਬਿਨਾ ਉਸੇ ਪਰਸਨ ਕਰਨਾ ਅਨਹੋਣਾ ਹੈ। ਖੁਦਾ ਨੂੰ ਖੁਸ਼ ਕਰਨਾ ਬਈ ਕੀ ਹੈ? ਅਨਹੋਣਾ ਹੈ, ਕਠਿਨ ਹੈ, ਔਖਾ ਹੈ। ਹਾਲੇਲੂਯਾ ਹਾਲੇਲੂਯਾ। ਮੋਬਾਈਲ ਬੰਦ ਕਰ ਲਈਏ, ਬਾਕੀ ਥੋੜਾ ਸਮਾਂ ਤੁਸੀਂ ਬੱਚਨ ਨੂੰ ਸੁਣੋ, ਹੋਊਗਾ ਤੁਹਾਡੇ ਕੋਲ ਸਾਰਾ ਸਾਲ ਰਹਿਣਾ, ਤੁਸੀਂ ਸਾਰਾ ਸਾਲ ਇਹ ਟਾਈਮ ਦੇ ਹੀ ਹੋਣਾ। ਹਾਲੇਲੂਯਾ। ਖੁਦਾ ਦਾ ਬਚਨ ਕੀ ਕਹਿ ਰਿਹਾ? ਵਿਸ਼ਵਾਸ ਤੋਂ ਬਿਨਾ ਖੁਦਾ ਨੂੰ ਖੁਸ਼ ਕਰਨਾ ਬੋਲੀਏ ਅਨਹੋਣਾ ਹੈ। ਸਾਰੇ ਬੋਲਾਂਗੇ ਹਾਲੇਲੂਯਾ ਹਾਲੇਲੂਯਾ। ਵਿਸ਼ਵਾਸ ਤੋਂ ਬਿਨਾ ਪਰਮੇਸ਼ਵਰ ਨੂੰ ਖੁਸ਼ ਕਰਨਾ ਅਨਹੋਣਾ ਹੈ, ਮੁਸ਼ਕਲ ਹੈ। ਪੈਸਾ ਦੇ ਕੇ ਅਸੀਂ ਖੁਦਾ ਨੂੰ ਖੁਸ਼ ਨਹੀਂ ਕਰ ਸਕਦੇ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਪੈਸਾ ਵੀ ਖੁਦਾ ਦਾ। ਕੋਈ ਹੋਰ ਵਸਤ ਦੇ ਕੇ ਖੁਦਾ ਨੂੰ ਕੁਛ ਨਹੀਂ ਕਰ ਸਕਦੇ। ਇਹ ਸਾਰਾ ਬ੍ਰਹਿਮੰਡ, ਇਹ ਸਾਰੀ ਕਾਇਨਾਤ, ਇਹ ਖੁਦਾ ਦੀ ਹੈ, ਇੱਥੇ ਤੱਕ ਕਿ ਸਾਡਾ ਆਤਮਾ ਵੀ ਖੁਦਾ ਦਾ ਹੈ। ਹਾਲੇਲੂਯਾ। ਜਿਹੜੇ ਸਾਹ ਚੱਲਦੇ ਨੇ ਇਹ ਵੀ ਪਰਮੇਸ਼ਵਰ ਦੇ ਆ,
ਫਿਰ ਕੀ ਦੇ ਕੇ ਉਹਨੂੰ ਖੁਸ਼ ਕਰ ਸਕਦੇ ਆ? ਬਾਈਬਲ ਲਿਖਿਆ ਧੰਨਵਾਦ ਦੀ ਭੇਟ। ਹਾਲੇਲੂਇਆ ਹਾਲੇਲੂਇਆ, ਖੁਦਾ ਤੁਹਾਡੇ ਕੋਲ ਧੰਨਵਾਦ ਦੀ ਭੇਟ ਚਾਹੁੰਦਾ ਹੈ। ਅੱਜ ਇਹੀ ਹੈ, ਇਨਸਾਨ ਦੇ ਨਹੀਂ ਸਕਦਾ। ਯਹੋਨਾ ਦੀ ਕਿਤਾਬ 15 ਅਧਿਆਇ ਉਹਦੀ 16 ਦੇ ਵਿੱਚ ਇਸ ਤਰ੍ਹਾਂ ਲਿਖਿਆ, ਪਰਮੇਸ਼ਵਰ ਕਹਿੰਦਾ ਤੁਸੀਂ ਨਹੀਂ, ਮੈਂ ਤੁਹਾਨੂੰ ਚੁਣਿਆ ਹੈ। ਹਾਲੇਲੂਇਆ, ਮੈਂ ਤੁਹਾਨੂੰ ਚੁਣਿਆ ਹੈ, ਮੈਂ ਤੁਹਾਨੂੰ ਬੁਲਾਇਆ। ਕਿਉਂ? ਕਿ ਤੁਸੀਂ ਖੁਦਾ ਦਾ ਕੀ ਕਰੋ? ਧੰਨਵਾਦ ਕਰੋ, ਤੁਸੀਂ ਫਲ ਲਿਆਓ। ਹਾਲੇਲੂਇਆ, ਪ੍ਰਭੂ ਦਾ ਸ਼ੁਕਰਾਨਾ ਕਰੋ। ਸ਼ੁਕਰ ਹੈ ਖੁਦਾ ਦਾ, ਮੈਨੂੰ ਯਸੂ ਮਿਲ ਗਿਆ ਹੈ। ਹਾਲੇਲੂਇਆ ਹਾਲੇਲੂਇਆ, ਕਿ ਯਸੂ ਨਾ ਮਿਲਦਾ ਤਾਂ ਮੈਂ ਪਾਪ ਦੇ ਵਿੱਚ ਮਰ ਜਾਣਾ ਸੀ। ਯਸੂ ਨਾ ਮਿਲਦਾ ਮੈਂ ਦਲਦਲ ਦੇ ਵਿੱਚ ਫਸ ਜਾਣਾ ਸੀ। ਅੱਜ ਤੁਸੀਂ ਵੀ ਕਹਿ ਸਕਦੇ ਹੋ ਮੇਰੇ ਨਾਲ, ਮੈਂ ਬਿਮਾਰ ਸੀ, ਬਿਸਤਰੇ ਤੇ ਸੀ, ਮੈਨੂੰ ਕੋਈ ਕਿਸੇ ਪੁੱਛਦਾ, ਕੋਈ ਦਵਾਈ ਅਸਰ ਨਹੀਂ ਸੀ ਕਰਦੀ, ਕੋਈ ਦੁਆ ਅਸਰ ਨਹੀਂ ਸੀ ਕਰਦੀ, ਲੇਕਿਨ ਸ਼ੁਕਰ ਹੈ ਖੁਦਾ ਦਾ, ਮੈਨੂੰ ਯਸੂ ਮਿਲ ਗਿਆ ਔਰ ਮੇਰਾ ਛੁਟਕਾਰਾ ਹੋ ਗਿਆ। ਹਾਲੇਲੂਇਆ ਹਾਲੇਲੂਇਆ, ਮੈਂ ਗਰੀਬੀ ਦੇ ਵਿੱਚ ਸੀਗਾ, ਕਮਾਈ ਦੇ ਵਿੱਚ ਬਰਕਤ ਨਹੀਂ ਸੀ, ਪੇਟ ਭਰ ਕੇ ਖਾ ਨਹੀਂ ਸੀ ਸਕਦਾ, ਅੱਛਾ ਵਸਤਰ ਕੱਪੜਾ ਪਹਿਨ ਨਹੀਂ ਸੀ ਸਕਦਾ। ਅੱਜ ਮੇਰੇ ਕੋਲ ਸਭ ਕੁਛ ਹੈ, ਸ਼ੁਕਰ ਹੈ ਖੁਦਾ ਦਾ, ਮੈਨੂੰ ਯਸੂ ਮਿਲ ਗਿਆ ਹੈ। ਹਾਲੇਲੂਇਆ, ਜਿਹਨੇ ਮੇਰੇ ਲਈ ਮੁਹੱਈਆ ਕੀਤਾ ਹੈ, ਮੇਰੀ ਗਰੀਬੀ ਨੂੰ ਕੱਟ ਦਿੱਤਾ, ਮੇਰੇ ਦੁੱਖਾਂ ਨੂੰ ਮੁਕਾ ਦਿੱਤਾ, ਮੇਰੇ ਸ਼ਰਾਬ ਨੂੰ ਮਿਟਾ ਦਿੱਤਾ, ਮੇਰੀਆਂ ਗਲਤੀਆਂ ਨੂੰ ਮਾਫ਼ ਕਰ ਦਿੱਤਾ। ਹਾਲੇਲੂਇਆ ਹਾਲੇਲੂਇਆ। ਭਾਈ ਬੱਚੇ ਨੇ ਕਿਹਾ ਵਿਸ਼ਵਾਸ ਤੋਂ ਬਿਨਾਂ ਖੁਦਾ ਨੂੰ ਖੁਸ਼ ਕਰਨਾ ਹੋਣਾ ਹੈ, ਮੁਸ਼ਕਲ ਹੈ। ਬਾਈਬਲ ਦੇ ਵਿੱਚ ਲਿਖਿਆ, ਜਦੋਂ ਅਸੀਂ ਪੜ੍ਹਦੇ ਹਾਂ ਲੂਕਾ ਦੀ ਕਿਤਾਬ, ਲੂਕਾ ਦੀ ਕਿਤਾਬ ਦੇ 17 ਅਧਿਆਇ ਦੇ ਵਿੱਚ 5-6 ਹੈ, ਇਸ ਤਰ੍ਹਾਂ ਖੁਦਾ ਦਾ ਵਚਨ ਫਰਮਾਉਂਦਾ ਹੈ। ਠੀਕ ਹੈ, ਚੇਲੇ ਇੱਕ ਵਾਰ ਯਿਸੂ ਮਸੀਹ ਦੇ ਕੋਲ ਆਏ। ਸੁਣੀਏ ਧਿਆਨ ਦੇ ਨਾਲ, ਮੈਂ ਥੋੜਾ ਸਮਾਂ ਬੋਲਾਂਗਾ, ਸ਼ੁਰੂਆਤ ਸਾਥ ਕਰਾਂ, ਬਸ ਸਾਥ ਵੀ ਆ। ਯਿਸੂ ਮਸੀਹ ਦੇ ਕੋਲ ਆਏ ਔਰ ਆ ਕੇ ਇਹ ਗੱਲ ਕਹਿਣ ਲੱਗੇ, ਕਹਿੰਦੇ ਗੁਰੂ ਜੀ ਸਾਡਾ ਵਿਸ਼ਵਾਸ ਵਧਾ। ਹਾਲੇਲੂਇਆ, ਕੀ ਕਹਾਂ ਬਈ, ਸਾਡਾ ਵਿਸ਼ਵਾਸ ਵਧਾ। ਜੋ ਕਿ ਸੋਚਦੇ ਨੇ, ਦਾਊਦ ਆਪਣੇ ਜ਼ਬੂਰ ਚ ਲਿਖਦਾ, ਆਕਾਸ਼ ਪਰਮੇਸ਼ਵਰ ਦੇ ਬੈਠਣ ਦਾ ਸਿੰਘਾਸਣ ਹੈ ਔਰ ਜ਼ਮੀਨ ਉਹਦੇ ਪੈਰ ਰੱਖਣ ਦੀ ਚੌਕੀ ਹੈ। ਏਡਾ ਵੱਡਾ ਖੁਦਾ ਹੈ, ਏਡਾ ਵੱਡਾ ਪਰਮੇਸ਼ਵਰ ਹੈ, ਉਹਦੇ ਤੇ ਵਿਸ਼ਵਾਸ ਨਹੀਂ ਜੋੜਾ ਚਾਹੀਦਾ, ਵੱਡਾ ਹੋਣਾ ਚਾਹੀਦਾ। ਇਸ ਲਈ ਉਹ ਯਿਸੂ ਮਸੀਹ ਦੇ ਕੋਲ ਆਇਆ, ਕਹਿੰਦੇ ਪ੍ਰਭੂ ਜੀ ਸਾਡਾ ਕੀ ਕਰ, ਵਿਸ਼ਵਾਸ ਵਧਾ। ਯਿਸੂ ਮਸੀਹ ਨੇ ਕੀ ਜਵਾਬ ਦਿੱਤਾ? ਕੀ ਜਵਾਬ ਦਿੱਤਾ? ਕਹਿੰਦਾ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਆ। ਹਾਲੇਲੂਇਆ, ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੈ, ਇਸ ਊਠ ਨੂੰ ਕਹੋਗੇ ਉੱਠ ਕੇ ਸਮੁੰਦਰ ਦੇ ਵਿੱਚ ਜਾ ਸਕਦੇ ਹੋ, ਲੱਗ ਜਾਣੀ। ਬੜੀ ਔਖੀ ਗੱਲ ਹੈ, ਬੜੀ ਮੁਸ਼ਕਲ ਗੱਲ ਹੈ, ਪਾਣੀ ਦੇ ਉੱਤੇ ਦਰਖਤ ਲਾਉਣਾ। ਹਾਲੇਲੂਇਆ, ਇਹ ਕੋਈ ਆਸਾਨ ਗੱਲ ਨਹੀਂ ਹੈ, ਪਾਣੀ ਦੇ ਉੱਤੇ ਦਰਖਤ ਲਾਉਣਾ। ਔਰ ਖੁਦਾ ਪ੍ਰਭੂ ਯਿਸੂ ਮਸੀਹ ਵੀ ਕਹਿ ਰਿਹਾ, ਜੇ ਤੇਰੇ ਵਿੱਚ ਇੰਨਾ ਗਿਆ ਰਾਈ ਦੇ ਦਾਣੇ ਦਾ ਵੀ ਵਿਸ਼ਵਾਸ ਆ, ਤਾਂ ਇਹ ਨਾ ਹੋਣ ਵਾਲਾ ਕੰਮ ਵੀ ਤੇਰੇ ਲਈ ਹੋ ਜਾਏਗਾ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਜੋ ਨਹੀਂ ਵੀ ਹੋ ਸਕਦਾ ਤੇਰੇ ਕੋਲੋਂ, ਇਹ ਵਿਸ਼ਵਾਸ ਦੇ ਦੁਆਰਾ ਉਹ ਵੀ ਹੋ ਜਾਏਗਾ। ਜੋ ਤੂੰ ਸੋਚ ਵੀ ਨਹੀਂ ਸਕਦਾ ਉਹ ਵੀ ਖੁਦਾ ਕੀ ਕਰੇਗਾ, ਕਰ ਦੇਵੇਗਾ। ਹਾਲੇਲੂਇਆ ਹਾਲੇਲੂਇਆ। ਪਰ ਵਿਸ਼ਵਾਸ ਕਿੱਦਾਂ ਕਰਨਾ ਚਾਹੀਦਾ? ਅੱਜ ਵਿਸ਼ਵਾਸ ਤਾਂ ਹਰ ਕੋਈ ਕਰਦਾ, ਕੋਈ ਆਪਣੀ ਤਾਕਤ ਤੇ ਵਿਸ਼ਵਾਸ ਕਰਦਾ, ਕੋਈ ਆਪਣੇ ਪੈਸੇ ਤੇ ਵਿਸ਼ਵਾਸ ਕਰਦਾ, ਕੋਈ ਪ੍ਰਧਾਨਾਂ ਦੇ ਉੱਤੇ ਵਿਸ਼ਵਾਸ ਕਰਦਾ, ਕੋਈ ਆਪਣੇ ਰਿਸ਼ਤੇਦਾਰ ਭੈਣਾਂ ਭੈਣਾਂ ਭਰਾਵਾਂ ਤੇ ਵਿਸ਼ਵਾਸ ਕਰਦਾ। ਖੁਦਾ ਤੇ ਵੀ ਲੋਕ ਵਿਸ਼ਵਾਸ ਕਰਦੇ ਨੇ, ਪਰ ਵਿਸ਼ਵਾਸ ਦੇ ਵਿੱਚ ਫਰਕ ਹੈ। ਹਾਲੇਲੂਇਆ
ਅੱਜ ਪਰਮੇਸ਼ੁਰ ਤੇ ਲੋਕ ਵਿਸ਼ਵਾਸ ਤਾਂ ਕਰਦੇ ਨੇ, ਬੰਦਗੀ ਵੀ ਕਰਦੇ ਨੇ, ਤੋਬਾ ਵੀ ਕੀਤੀ ਹੋਈ ਹੈ, ਬਪਤਿਸਮਾ ਵੀ ਲਿਆ ਹੋਇਆ ਹੈ, ਵਿਸ਼ਵਾਸੀ ਕਹਿਲਾਉਂਦੇ ਨੇ, ਲੇਕਿਨ ਫਿਰ ਵੀ ਡਾਵਾਡੋਲ ਫਿਰਦੇ ਨੇ, ਫਿਰ ਵੀ ਮਾਰੇ ਮਾਰੇ ਫਿਰਦੇ ਨੇ, ਫਿਰ ਵੀ ਭੱਜੇ ਫਿਰਦੇ ਨੇ। ਇਹ ਕੈਸਾ ਵਿਸ਼ਵਾਸ ਹੈ, ਇਹ ਕੈਸਾ ਇਮਾਨ ਹੈ। ਬਾਈਬਲ ਵਿੱਚ ਤਾਂ ਲਿਖਿਆ, ਪਰਮੇਸ਼ੁਰ ਯਿਸੂ ਮਸੀਹ ਨੇ ਕਿਹਾ, ਕਹਿੰਦਾ ਜੇ ਤੇਰੇ ਵਿੱਚ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੈ, ਤਾਂ ਇਹ ਨਾ ਹੋਣ ਵਾਲਾ ਕੰਮ ਵੀ ਤੇਰੇ ਲਈ ਹੋ ਜਾਏਗਾ। ਅਸੀਂ ਕਿਉਂ ਭੱਜੇ ਫਿਰਦੇ ਆ? ਮੇਰੇ ਨੂੰ ਸਾਡਾ ਵਿਸ਼ਵਾਸ ਜਿਹੜਾ ਹੈ ਉਹ ਸੱਚਾਈ ਦੇ ਨਾਮ ਨਾਲ ਚੱਲਣਾ ਹੈ। ਹਾਲੇਲੂਇਆ, ਹਾਲੇਲੂਇਆ। ਵਿਸ਼ਵਾਸ ਸੱਚਾਈ ਦੇ ਨਾਲ ਔਰ ਮਜ਼ਬੂਤੀ ਦੇ ਨਾਲ ਹੋਣਾ ਚਾਹੀਦਾ ਹੈ। ਜਿਸ ਮਕਾਨ ਦੀ ਨੀਂਹ ਮਜ਼ਬੂਤ ਹੁੰਦੀ ਹੈ ਨਾ, ਉਹ ਮਕਾਨ ਛੇਤੀ ਕਰਕੇ ਕਦੇ ਡਿੱਗਦਾ ਨਹੀਂ ਹੈ। ਜਿਸ ਦਰਖਤ ਦੀ ਨੀਂਹ ਮਜ਼ਬੂਤ ਜੜ ਮਜ਼ਬੂਤ ਹੈ, ਜਿੰਨੀਆਂ ਮਰਜ਼ੀ ਹਵਾਵਾਂ ਚੱਲਦਾ ਉਹ ਕਦੇ ਡਿੱਗਦਾ ਨਹੀਂ ਹੈ। ਤੇ ਜਿਹਦੀ ਜੜ ਕਮਜ਼ੋਰ ਹੈ, ਜੜ ਪੋਲੀ ਹੈ, ਉਹ ਜੜਾਂ ਦੀ ਹਵਾ ਚੱਲਦੀ ਹੈ ਲੋਕ ਡਿੱਗ ਜਾਂਦਾ। ਹਾਲੇਲੂਇਆ। ਅੱਜ ਵਿਸ਼ਵਾਸੀ ਕਿਉਂ ਡਿੱਗ ਜਾਂਦੇ ਨੇ? ਕਿਉਂਕਿ ਵਿਸ਼ਵਾਸ ਦੀ ਜੜ ਕਮਜ਼ੋਰ ਹੈ, ਸੱਚਾਈ ਨਹੀਂ ਹੈ ਵਿਸ਼ਵਾਸ ਦੇ ਵਿੱਚ। ਪਤਾ ਨੀ ਖੁਦਾ ਕਰੇਗਾ ਜਾਂ ਨਹੀਂ, ਪਤਾ ਨੀ ਉਹ ਸੁਣੇਗਾ ਜਾਂ ਨਹੀਂ। ਮੇਰੇ ਪਿੰਡਾਂ ਵਿੱਚ ਚੇਤੇ ਆ ਗਏ, ਮੈਂ ਤੁਹਾਨੂੰ ਸੁਣਾ ਕੇ ਬਾਤ ਕਰਾਂਗਾ। ਹਾਲੇਲੂਇਆ। ਮੈਂ ਪਹਿਲਾਂ ਵੀ ਸ਼ਾਇਦ ਸੁਣਾ ਰਹੀ ਹਾਂ, ਤੁਹਾਨੂੰ ਛੋਟੀ ਜਿਹੀ ਨਬਜ਼ ਸੁਣਾ ਕੇ। ਉਰਦੂ ਦੇ ਵਿੱਚ ਲਿਖੀ ਗਈ ਬੜੀ ਅੱਛੀ, ਅੱਜ ਦੇ ਇਸ ਮੈਸੇਜ ਤੇ ਬੜੀ ਸੱਟ ਬੈਠਦੀ ਹੈ। ਹਾਲੇਲੂਇਆ। ਅੱਜ ਦੇ ਇਸ ਵਿਸ਼ੇ ਤੇ ਬੜੀ ਫਿੱਟ ਬੈਠਦੀ ਹੈ। ਮੈਂ ਕੋਈ ਤੁਹਾਨੂੰ ਕਥਾ ਕਹਾਣੀਆਂ ਸੁਣਾਉਣ ਦੇ ਲਈ ਖੜਾ ਨਹੀਂ ਹੋਇਆ। ਇਹ ਮੇਰਾ ਮਕਸਦ ਹੈ ਕਿ ਖੁਦਾ ਦਾ ਵਚਨ ਜਿਹੜਾ ਹੈ ਤੁਹਾਨੂੰ ਸਮਝ ਆ ਜਾਵੇ। ਹਾਲੇਲੂਇਆ। ਤੁਹਾਡੇ ਪੱਲੇ ਪੈ ਜਾਵੇ। ਉਰਦੂ ਦੇ ਵਿੱਚ ਇੱਕ ਨਬਜ਼ ਲਿਖੀ ਬਹੁਤ ਅੱਛੀ, ਬੜੀਆਂ ਅੱਛੀਆਂ ਗੱਲਾਂ ਲਿਖਣ ਵਾਲੇ ਨੇ ਲਿਖਿਆ। ਕਹਿੰਦਾ ਰਾਵੀ ਦੇ ਵਿੱਚੋਂ ਨਿਕਲੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਇੱਕ ਵਗੜੀ। ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਇੱਕ ਵਗੜੀ। ਜਿਹੜੀ ਵਗੜੀ ਉਹਦੇ ਚਾਹੇ ਤਿੰਨ ਬਾਹਮਣ ਨਾ ਹੋਣ, ਉਹਦੇ ਚਾਹੇ ਤਿੰਨ ਬਾਹਮਣ ਨਾ ਹੋਣ, ਦੋ ਡੁੱਬ ਗਏ ਇੱਕ ਲੰਬੇ ਨਾ, ਦੋ ਡੁੱਬ ਗਏ ਇੱਕ ਲੰਬੇ ਨਾ, ਜਿਹੜਾ ਲੰਬੇ ਨਾ ਜਿਹੜਾ ਲੰਬੇ ਨਾ ਉਹਨੂੰ ਲੱਭੀਆਂ ਤਿੰਨ ਗਾਵਾਂ। ਦੇਖੋ ਕਿੱਦਾਂ ਦੀ ਗੱਲ, ਜਿਹੜਾ ਲੱਭੇ ਨਾ ਉਹਨੂੰ ਲੱਭੀਆਂ ਤਿੰਨ ਗਾਵਾਂ, ਦੋ ਫੜਨਾ ਇੱਕ ਸੂਵੇ ਨਾ। ਹੁਣ ਜਿਹੜੀ ਸੂਵੇ ਨਾ ਉਹਨੇ ਦਿੱਤੇ ਤਿੰਨ ਬੱਛੇ, ਦੋ ਲੰਗੜੇ ਇੱਕ ਉੱਠੇ। ਸਮਝਣ ਵਾਲੀ ਗੱਲ ਹੈ, ਦੋ ਲੰਗੜੇ ਇੱਕ ਉੱਠੇ ਨਾ, ਜਿਹੜਾ ਉੱਠੇ ਨਾ ਉਹਦੀ ਕੀਮਤ ਤਿੰਨ ਰੁਪਈਏ। ਪੁਰਾਣੇ ਭਲੇ ਵਿਆਹ ਦੀ ਗੱਲ ਹੈ, ਉਦੋਂ ਰੁਪਈਏ ਦੀ ਬੜੀ ਕੀਮਤ ਸੀ। ਜਿਹੜਾ ਉੱਠੇ ਨਾ ਉਹਦੀ ਕੀਮਤ ਬੋਲੋ ਤਿੰਨ ਰੁਪਈਏ, ਦੋ ਖੋਟੇ ਇੱਕ ਚੱਲੇ। ਤੇ ਜਿਹੜਾ ਚੱਲੇ ਨਾ ਉਹਨੂੰ ਵੇਖਣ ਆਏ ਤਿੰਨ ਸੁਨਿਆਰੇ, ਜਿਹੜਾ ਚੱਲੇ ਨਾ ਬੋਲੀ ਉਹਨੂੰ ਵੇਖਣ ਆਏ ਤਿੰਨ ਸੁਨਿਆਰੇ, ਦੋ ਅੰਨੇ ਇੱਕ ਨੂੰ ਦਿਸੇ ਨਾ। ਦੋ ਅੰਨੇ ਇੱਕ ਨੂੰ ਦਿਸੇ ਨਾ, ਉਹ ਜਿਹਨੂੰ ਦਿਸੇ ਨਾ ਉਹਦੇ ਮਾਰੀਆਂ ਤਿੰਨ ਮੁੱਕੀਆਂ। ਇਹ ਕਰਮ ਕੀ ਆਇਆ, ਤੂੰ ਦਿਸਦਾ ਹੀ ਨਹੀਂ ਹੈ। ਜਿਹਨੂੰ ਦਿਸੇ ਨਾ ਉਹਨੂੰ ਮਾਰੀਆਂ ਤਿੰਨ ਮੁੱਕੀਆਂ, ਦੋ ਖੁੱਸ ਗਈਆਂ ਇੱਕ ਵੱਜੇ ਨਹੀਂ ਨਾ। ਇਹ ਹੈ ਖਬਰ। ਮੈਂ ਰਾਵੀ ਤੋਂ ਮੁੱਕੀਆਂ ਤੱਕ ਪਹੁੰਚ ਗਿਆ, ਪਰ ਵਿੱਚੋਂ ਕੁਛ ਨਹੀਂ ਨਿਕਲਿਆ। ਹਾਲੇਲੂਇਆ। ਅੱਜ ਦੇ ਵਿਸ਼ਵਾਸੀਆਂ ਦਾ ਵਿਸ਼ਵਾਸ ਵੀ ਇਹ ਹੈ, ਉਤਪਤੀ ਤੋਂ ਪ੍ਰਕਾਸ਼ ਦੀ ਭੁੱਖੀ ਤੱਕ ਪਹੁੰਚ ਜਾਂਦੇ ਆ, ਪਰ ਅਸਲ ਦੇ ਵਿੱਚ ਅੰਦਰ ਕੁਛ ਵੀ ਨਹੀਂ ਆ। ਜੇ ਵਿਸ਼ਵਾਸ ਦੇ ਵਿੱਚ ਸੱਚਾਈ ਹੋਵੇ
ਵਿਸ਼ਵਾਸ ਦੇ ਵਿੱਚ ਮਜ਼ਬੂਤੀ ਹੋਵੇ ਤਾਂ ਤੁਹਾਨੂੰ ਭੱਜਣ ਦੀ ਲੋੜ ਨਹੀਂ ਆ, ਚਰਚ ਬਦਲਣ ਦੀ ਲੋੜ ਨਹੀਂ ਹੈ, ਕਲੀਸਿਆ ਬਦਲਣ ਦੀ ਲੋੜ ਨਹੀਂ ਹੈ, ਪਾਸਟਰ ਬਦਲਣ ਦੀ ਲੋੜ ਨਹੀਂ ਹੈ। ਜੇ ਤੁਹਾਡਾ ਇਮਾਨ ਹੈ, ਤੁਹਾਡਾ ਵਿਸ਼ਵਾਸ ਹੈ ਤਾਂ ਬਾਈਬਲ ਕਹਿੰਦੀ ਹੈ ਜੇ ਤੂੰ ਦੂਤ ਨੂੰ ਵੀ ਕਵੇਗਾ ਉੱਠ ਕੇ ਸਮੁੰਦਰ ਚੜਾ ਲਾਂਦਾ ਏ ਚਲਿਆ ਜਾਵੇਗਾ। ਬਾਈਬਲ ਵਿੱਚ ਲਿਖਿਆ ਬੜਾ ਸਾਫ ਸਾਫ ਇਬਰਾਨੀਆ 11 ਦੀ 6 ਦੇ ਵਿੱਚ, ਇਮਾਨ ਤੋਂ ਬਿਨਾਂ ਵਿਸ਼ਵਾਸ ਤੋਂ ਬਿਨਾਂ ਖੁਦਾ ਨੂੰ ਖੁਸ਼ ਕਰਨਾ ਅਨਹੋਣਾ ਹੈ। ਹਾਲੇਲੂਇਆ, ਵਿਸ਼ਵਾਸ ਕਰੋ, ਵਿਸ਼ਵਾਸ ਕਰੋ, ਕਿਉਂਕਿ ਤੁਹਾਡੇ ਵਿਸ਼ਵਾਸ ਦੇ ਦੁਆਰਾ ਹੀ ਤੁਹਾਡਾ ਮਸਲਾ ਹੱਲ ਹੋ ਸਕਦਾ ਹੈ। ਬਾਣੀ 'ਚ ਲਿਖਿਆ ਜਿੱਦਾਂ ਦਾ ਤੇਰਾ ਵਿਸ਼ਵਾਸ ਹੈ ਤੇ ਉਦਾਂ ਦਾ ਹੀ ਤੇਰੇ ਲਈ ਹੋ ਜਾਏਗਾ। ਪਰ ਵਿਸ਼ਵਾਸ ਸੱਚਾਈ ਵਾਲਾ ਹੋਣਾ ਚਾਹੀਦਾ ਹੈ, ਮਿਲਾਵਟ ਵਾਲਾ ਨਹੀਂ। ਪਤਾ ਨਹੀਂ ਖੁਦਾ ਕਰੇਗਾ ਜਾਂ ਨਹੀਂ, ਪਤਾ ਨਹੀਂ ਉਹ ਸੁਣੇਗਾ ਜਾਂ ਨਹੀਂ। ਖੁਦਾ ਤਾਂ ਸੁਣਨ ਦੇ ਲਈ ਤਿਆਰ ਹੈ, ਮੈਨੂੰ ਸੁਣਾਉਣਾ ਨਹੀਂ ਆ ਰਿਹਾ। ਹਾਲੇਲੂਇਆ, ਖੁਦਾ ਤਾਂ ਦੇਣ ਦੇ ਲਈ ਤਿਆਰ ਹੈ, ਮੈਨੂੰ ਲੈਣਾ ਹੀ ਨਹੀਂ ਆ ਰਿਹਾ। ਹਾਲੇਲੂਇਆ, ਸ਼ੁਕਰ ਹੈ ਖੁਦਾ ਦਾ ਮੈਨੂੰ ਯਿਸੂ ਮਿਲ ਗਿਆ ਹੈ। ਹਾਲੇਲੂਇਆ, ਸ਼ੁਕਰ ਹੈ ਖੁਦਾ ਦਾ ਮੈਨੂੰ ਯਿਸੂ ਮਿਲ ਗਿਆ ਹੈ। ਜੇ ਯਿਸੂ ਨਾ ਮਿਲਦਾ ਅੱਜ ਮੈਂ ਇਸ ਦੁਨੀਆ ਦੇ ਵਿੱਚ ਨਾ ਹੁੰਦਾ। ਹਾਲੇਲੂਇਆ, ਆਈ ਅੱਖਾਂ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ, ਥੋੜਾ ਸਾ ਪਾਸੇ ਆਪਣੇ ਗੁਰੂ ਖੋਲ ਕੇ ਪ੍ਰਭੂ ਦਾ ਧੰਨਵਾਦ ਕਰਾਂਗੇ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਖੁਦਾ ਦੀ ਖਾਦਮ ਪ੍ਰਭੂ ਦੇ ਨਾਸ ਰੱਬ ਜਗੀਰ ਮਸੀਹ ਜੀ ਉਹ ਗਿਆਨ ਦੇ ਔਰ ਬਚਨ ਦੇ ਦੁਆਰਾ ਸਾਡੇ ਸੀਮ ਲੈ ਕਰਨਗੇ। ਅਸੀਂ ਸਭ ਥੋੜਾ ਸਾ ਆਪਣੇ ਗੁਰੂ ਖੋਲ ਕੇ ਧੰਨਵਾਦ ਕਰਾਂਗੇ, ਸਭ ਧੰਨਵਾਦ ਕਰਾਂਗੇ, ਖੁਦਾ ਦਾ ਸ਼ੁਕਰ ਕਰਾਂਗੇ, ਦਿੱਤੀ ਜ਼ਿੰਦਗੀ ਦੇ ਲਈ ਖੁਦਾ ਦਾ ਸ਼ੁਕਰ ਕਰਾਂਗੇ, ਦਿੱਤੇ ਸਾਵਾਂ ਦੇ ਖੁਦਾ ਦਾ ਸ਼ੁਕਰ ਕਰਾਂਗੇ। ਪ੍ਰਭੂ ਤੇਰਾ ਸ਼ੁਕਰ ਹੈ, ਤੂੰ ਮੈਨੂੰ ਜੀਵਦਾ ਸਵਾਲ ਕੇ ਰੱਖਿਆ। ਕਿੰਨੇ ਲੋਕ ਇਸ ਦੁਨੀਆ ਤੋਂ ਚਲੇ ਗਏ ਨੇ, ਪਰ ਤੇਰੀ ਅਪਾਰ ਕਿਰਪਾ ਹੈ ਕਿ ਤੂੰ ਮੈਨੂੰ ਸੰਭਾਲਿਆ, ਇਹ ਸਾਹ ਬਖਸ਼ੇ ਨੇ, ਇਹ ਜ਼ਿੰਦਗੀ ਬਖਸ਼ੀ ਹੈ। ਔਰ ਸਭ ਤੋਂ ਵੱਡੀ ਗੱਲ ਆਪਣੇ ਚਰਨਾਂ ਦੇ ਵਿੱਚ ਬੈਠਣ ਦਾ ਸਮਾਂ ਦਿੱਤਾ, ਤੇਰਾ ਸ਼ੁਕਰ। ਹੁਣ ਦੇ ਖੁਦਾਵੰ, ਮੈਂ ਘਟਦਾ ਜਾਵਾਂ ਤੂੰ ਮੇਰੇ ਵਿੱਚ ਵੱਧਦਾ ਜਾਵੇ, ਮੈਂ ਮਿਟਦਾ ਜਾਵਾਂ ਤੂੰ ਮੇਰੇ ਵਿੱਚ ਬਣਦਾ ਜਾਵੇ, ਮੇਰੇ ਵਿੱਚ ਉਸਰਦਾ ਜਾਵੇ, ਮੇਰੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ, ਤੇਰੀ ਇੱਛਾ ਪੂਰੀ ਹੋਵੇ, ਯੇਸ਼ੂ ਦੇ ਜਲਾਲੀ ਨਾਮ ਦੇ ਵਿੱਚ ਆਮੇਨ। ਹਾਲੇਲੂਇਆ, ਬੇਨਤੀ ਕਰਾਂ ਖੁਦਾ ਦੇ ਖਾਦਮ ਸੁਜੀਤ ਸਿੰਘ ਜੀ ਅੱਗੇ ਆਣਗੇ, ਅਸੀਂ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਾਂਗੇ। ਖਾਸ ਕਰਕੇ ਇਸ ਇਬਾਦਤ ਲਈ ਜਿਹੜਾ